ਸਤਿ ਸ਼੍ਰੀ ਅਕਾਲ ਕਿਸਾਨ ਭਰਾਵਾਂ ਨੂੰ, ਰਾਜ ਸੰਧੂ ਫਾਰਮਿੰਗ ਯੂਟਿਊਬ ਚੈਨਲ ਵਿੱਚ ਤੁਹਾਡਾ ਸਾਰਿਆਂ ਦਾ ਸਵਾਗਤ ਕਰਦੇ ਹਾਂ ਜੀ। ਜਿਹੜੇ ਵੀਰ ਚੈਨਲ 'ਤੇ ਨਵੇਂ ਨੇ, ਵੀਡੀਓ ਪਹਿਲੀ ਵਾਰੀ ਦੇਖ ਰਹੇ ਨੇ, ਚੈਨਲ ਨੂੰ ਜ਼ਰੂਰ ਸਬਸਕ੍ਰਾਈਬ ਕਰ ਲਿਓ, ਨਾਲ ਲੱਗੇ ਘੰਟੀ ਵਾਲੇ ਬਟਨ ਨੂੰ ਆਲ 'ਤੇ ਸੈੱਟ ਕਰ ਲਿਓ। ਕਿਸਾਨ ਵੀਰੋ, ਇਸੇ ਤਰ੍ਹਾਂ ਆਉਣ ਵਾਲੀਆਂ ਨਵੀਆਂ ਵੀਡੀਓ ਦੀਆਂ ਨੋਟੀਫਿਕੇਸ਼ਨ ਅਪਡੇਟ ਤੁਹਾਡੇ ਤੱਕ ਪਹੁੰਚ ਜਾਣਗੀਆਂ ਜੀ ਸਭ ਤੋਂ ਪਹਿਲਾਂ। ਸੋ ਦੋਸਤੋ, ਅੱਜ ਆਪਾਂ ਲੈ ਕੇ ਆਏ ਹਾਂ ਜੀ ਜਰਸੀ ਦੇ ਵਿੱਚ ਇੱਕ ਪਿਓਰ ਗਾਂ ਵੈੜ ਤੁਹਾਡੇ ਲਈ। ਸੋ ਦੋਸਤੋ, ਕੀ ਡਿਟੇਲ ਹੈਗੀ ਇਸ ਦੀ, ਕਿੰਨਵਾਂ ਸੂਆ ਸੁਣ ਜਾ ਰਹੀ ਆ, ਕਿੰਨੇ ਮਿਲਕ ਕਪੈਸਿਟੀ ਵਾਲੀ ਹੈਗੀ ਆ, ਉਹ ਆਪਾਂ ਵੀਰ ਹੋਣਾਂ ਨਾਲ ਗੱਲਬਾਤ ਕਰਾਂਗੇ, ਪੁੱਛ ਲਵਾਂਗੇ ਉਹਨਾਂ ਤੋਂ ਕਿਹੜੇ ਏਰੀਏ ਦੇ ਵਿੱਚ ਹੈਗੀ ਆ। ਸੋ ਆਪਾਂ ਚੱਲਦੇ ਹਾਂ ਵੀਰ ਹੋਣਾਂ ਦੇ ਕੋਲ, ਪੁੱਛ ਲੈਂਦੇ ਹਾਂ ਉਹਨਾਂ ਨੂੰ ਇਸ ਜਿਹੜੀ ਵੈੜ ਦੀ ਪੂਰੀ ਜਾਣਕਾਰੀ ਅਤੇ ਏਰੀਆ। ਸਤਿ ਸ਼੍ਰੀ ਅਕਾਲ ਵੀਰ ਜੀ। ਸਤਿ ਸ਼੍ਰੀ ਅਕਾਲ ਵੀਰ ਜੀ। ਇੱਕ ਤਾਂ ਨਾਮ ਦੱਸੀਏ ਵੀਰੇ ਆਪਣਾ। ਨਾਮ ਬੂਟਾ ਸਿੰਘ ਜੀ। ਠੀਕ ਆ ਬੂਟਾ ਸਿੰਘ ਵੀਰ ਜੀ, ਜਿਹੜਾ ਪਿੰਡ ਕਿਹੜਾ ਆਪਣਾ ਪੈ ਜਾਂਦਾ? ਪਿੰਡ ਆਪਾਂ ਨੂੰ ਛੀਓ ਪੜੀ ਪੈ ਜਾਂਦਾ। ਠੀਕ ਆ, ਏਰੀਆ ਜਿਹੜਾ, ਜ਼ਿਲ੍ਹਾ ਅਤੇ ਤਹਿਸੀਲ ਕਿਹੜੀ ਆਪਣੀ? ਜ਼ਿਲ੍ਹਾ ਫਿਰੋਜ਼ਪੁਰ, ਏਰੀਆ ਜ਼ੀਰਾ ਸ਼ਹਿਰ। ਜਿਹੜੀ ਤਹਿਸੀਲ ਜ਼ੀਰਾ, ਹਾਂਜੀ, ਜ਼ਿਲ੍ਹਾ ਫਿਰੋਜ਼ਪੁਰ ਆ ਗਿਆ, ਹੈ ਨਾ? ਠੀਕ ਆ। ਸੋ ਵੀਰ ਜੀ, ਇਹ ਜਰਸੀ ਦੇ ਵਿੱਚ ਜਿਹੜੀ ਇਹ ਵੈੜ ਹੈਗੀ, ਹੈ ਨਾ, ਪਿਓਰ? ਹਾਂਜੀ। ਠੀਕ ਆ, ਅਤੇ ਕਿੰਨਵਾਂ ਸੂਬਾ ਸੁਣ ਜਾ ਰਹੀ ਹੈ ਵੀਰ? ਬਾਈ, ਦੂਜਾ ਸੂਬਾ ਜੋ ਸੁਣ ਜਾ ਰਹੀ ਹੈ। ਠੀਕ ਆ, ਦੂਜਾ ਸੂਬਾ ਸੁਣ ਜਾ ਰਹੀ ਆ। ਸੋ ਕਿਸਾਨ ਵੀਰ, ਦੂਜਾ ਸੂਬਾ ਇਹ ਵੈੜ ਸੁਣ ਜਾ ਰਹੀ ਹੈ, ਅਤੇ ਕਿੰਨੇ ਕੁ ਦਿਨ ਦੀ ਕੱਚੀ ਅੱਜ ਤੋਂ ਤਕਰੀਬਨ, ਜੇ ਆਪਾਂ ਦੇਖੀਏ ਤਾਂ? ਤਕਰੀਬਨ ਹਫ਼ਤੇ 10 ਦਿਨ ਦੀ ਕੱਚੀ ਹੈ ਬਾਈ। ਹਫ਼ਤਾ 10 ਦਿਨ? ਹਾਂਜੀ। ਠੀਕ ਆ। ਸੋ ਕਿਸਾਨ ਵੀਰੋ, ਤੁਸੀਂ ਵੇਖ ਸਕਦੇ ਹੋ, ਵੀਰ ਨੇ ਦੱਸਿਆ ਵੀ ਤਕਰੀਬਨ ਹਜੇ ਹਫ਼ਤੇ ਦੀ, 10 ਦਿਨ ਦੀ ਹਜੇ ਜਿਹੜੀ ਵੈੜ ਕੱਚੀ ਹੈਗੀ ਆ, ਦਿਨ ਹਜੇ ਲੈ ਜਾਣੇ ਹਨ ਵੀਰ, ਕਿਉਂਕਿ ਢਿੱਲ ਵੀ ਹੈ ਜਿਹੜੀ ਹਵਾਨੇ ਦੇ ਵਿੱਚ, ਅਡਰ ਦੇ ਵਿੱਚ ਢਿੱਲਾ ਕਾਫੀ ਜ਼ਿਆਦਾ ਹੈਗੀ ਆ। ਬਾਕੀ ਜਿਹੜੀ ਥਣਾਂ ਦੀ ਵੀਰ ਜੀ ਕੁਆਲਿਟੀ ਆ, ਉਹ ਬਹੁਤ ਸੋਹਣੀ ਹੈਗੀ ਆ, ਬਿਲਕੁਲ ਜਿਹੜਾ ਮੁੱਠੀ ਭਰ ਥਣ ਹੈਗਾ। ਬਾਕੀ ਜਿਹੜੀ ਬਿਰਲ ਵੀ ਠੀਕ ਹੈਗੀ ਆ, ਹਜੇ ਜਿਹੜੇ ਹੋਰ ਵੀ ਥਣ ਬਿਲਕੁਲ ਨਿਖੇੜੇਗੀ, ਕਿਉਂਕਿ ਹਵਾਨਾ ਹਜੇ ਮਤਲਬ ਕਿ ਭਰਨਾ ਹੈਗਾ। ਤਕਰੀਬਨ ਹਜੇ 10 ਦਿਨ ਦੀ ਜਿਹੜੀ ਕੱਚੀ ਆ, ਹਵਾਨਾ ਹਜੇ ਬਿਲਕੁਲ ਹੋਰ ਬਣਾਵੇਗੀ। ਬਾਕੀ ਜਿਹੜੀ ਜਾਤ ਵਿੱਚ ਆ ਵੀਰ ਜੀ, ਜਿਹੜੀ ਆ ਬਰੀਡ ਦੇ ਵਿੱਚ ਆ ਜਰਸੀ ਇਹ ਦੋਸਤੋ ਜਿਹੜੀ ਵੈੜ ਹੈਗੀ ਆ। ਬਾਕੀ ਥੋੜ੍ਹਾ ਵੀਰ ਜੀ ਹੌਲੀ ਤੋਰ ਰਹੀ। ਬਾਕੀ ਦੋਸਤੋ, ਜਿਹੜੀ ਅਡਰ ਦੀ ਕੁਆਲਿਟੀ ਆ, ਤੁਸੀਂ ਖੁਦ ਵੀਡੀਓ ਦੇ ਵਿੱਚ ਚੈੱਕ ਕਰ ਸਕਦੇ ਹੋ, ਸੋਹਣਾ ਅਡਰ ਹੈਗਾ। ਹਜੇ ਵੀਰ ਹੋਣਾ ਦੱਸਿਆ ਵੀ ਤਕਰੀਬਨ ਹਜੇ 10 ਦਿਨ ਦੀ ਕੱਚੀ ਹੈਗੀ ਆ। ਬਾਕੀ ਜਿਹੜੀ ਗੱਲ ਹੈ ਵੀ ਘੱਟੋ ਘੱਟ ਵੀ ਕਿੰਨਾ ਕੁ ਮੇਰਾ ਮਿਲਕ ਕਿੰਨਾ ਕੁ ਕਰ ਦੇਗੀ ਇਹ? ਮਿਲਕ 15-16 ਦਿਨ ਜਾਵੇਗੀ ਜ਼ਰੂਰ। 15-16 ਲੀਟਰ ਜਾਵੇਗੀ? ਹਾਂਜੀ। ਠੀਕ ਆ। ਤੇ ਪਹਿਲੇ ਸੂਬੇ ਵੀ ਇਹਦਾ ਕੁਛ ਦੱਸਿਆ ਗਿਆ ਰਿਕਾਰਡ ਵੀ, ਪਹਿਲੇ ਸੂਬੇ ਕਿੰਨਾ ਕੁ ਦੁੱਧ ਇਹਨੇ ਕੀਤਾ ਹੋਇਆ? 12-13 ਕਿਲੋ ਦੱਸਿਆ ਇਹ। 12-13 ਲੀਟਰ ਪਹਿਲੇ ਸੂਬੇ ਦੁੱਧ ਦਿੱਤਾ ਆਏ ਨੇ, ਹੈ ਨਾ? ਠੀਕ ਆ। ਸੋ ਕਿਸਾਨ ਵੀਰੋ, ਪਹਿਲੇ ਸੂਬੇ ਦਾ ਜਿਹੜਾ ਮਿਲਕ ਦੀ ਕਪੈਸਿਟੀ ਰਹੀ ਹੈਗੀ ਆ, 12-13 ਲੀਟਰ ਦੀ ਰਹੀ ਆ ਬਾਈ। ਹੁਣੀ ਇਸ ਵਾਰ ਕਹਿ ਰਹੇ ਨੇ ਤਕਰੀਬਨ 15-16 ਲੀਟਰ ਦੀ ਮਿਲਕ ਜਿਹੜੀ ਆ ਕਪੈਸਿਟੀ ਕਰੇਗੀ, ਚੁਆਈ ਜਿਹੜੀ ਆ 15-16 ਲੀਟਰ ਜ਼ਰੂਰ ਕਰੇਗੀ। ਬਾਕੀ ਤੁਸੀਂ ਜਿਹੜਾ ਮੂੰਹ ਮੱਥਾ ਦੋਸਤੋ ਉਹ ਵੇਖ ਸਕਦੇ ਹੋ, ਬਿਲਕੁਲ ਚੰਗੀ ਜਾਤ ਦੇ ਵਿੱਚ ਹੈਗੀ ਆ, ਜਰਸੀ ਦੇ ਕਿਸੇ ਵਧੀਆ ਸੀਮੈਂਟ ਦੀ ਆ, ਚੰਗੇ ਸੀਮੈਂਟ ਦੇ ਵਿੱਚ ਦੋਸਤੋ, ਇੰਪੋਰਟਡ ਸੀਮੈਂਟ ਦੀ ਆਪਾਂ ਕਹਿ ਸਕਦੇ ਹਾਂ ਇਹ ਜਿਹੜੀ ਆ ਵੈੜ ਹੈਗੀ ਆ ਜਰਸੀ ਦੇ ਵਿੱਚ। ਸੋ ਵੀਰ ਜੀ, ਇੱਕ ਤਾਂ ਆਪਣੇ ਜਿਹੜੇ ਮੋਬਾਈਲ ਨੰਬਰ ਨੇ, ਕੰਟੈਕਟ ਨੰਬਰ, ਉਹ ਬੋਲ ਕੇ ਜ਼ਰੂਰ ਦੱਸੀਏ ਜੀ। 75-298-71-78। ਠੀਕ ਆ ਜੀ। ਹੋਰ ਇਸ ਤੋਂ ਇਲਾਵਾ ਹੋਰ ਵੀ ਕੋਈ ਨੰਬਰ ਹੈਗਾ ਜੀ? ਨਹੀਂ, 75-298-71-78। ਠੀਕ ਆ। ਵਟਸਐਪ 'ਤੇ ਤਕਰੀਬਨ ਇਹੋ ਨੰਬਰ ਚੱਲਦਾ ਜੀ? ਠੀਕ ਆ। ਅਤੇ ਵੀਰ ਜੀ, ਇਸਦਾ ਜਿਹੜਾ ਮੁੱਲ ਆ ਕੀ ਕਰਦੇ ਆ, ਡਿਮਾਂਡ ਕੀ ਆ? ਡਿਮਾਂਡ ਵੀ ਇਹਨੇ 45,000। 45,000 ਆ ਜੀ। ਹਾਂਜੀ। ਕੋਈ ਮੌਕੇ 'ਤੇ ਆਇਆਂ ਦਾ ਮਾਣ ਤਾਨ ਹੋਵੇਗਾ? ਜ਼ਰੂਰ ਹੋਵੇਗਾ ਜੀ। ਠੀਕ ਆ। ਸੋ ਕਿਸਾਨ ਵੀਰੋ, ਜਿਹੜੀ ਡਿਮਾਂਡ ਕੀਤੀ ਆ ਵੀਰ ਨੇ, 45,000 ਰੁਪਈਆ ਇਸ ਵੈੜ ਦੀ ਜਿਹੜੀ ਡਿਮਾਂਡ ਕੀਤੀ ਆ। ਸੋ ਇੱਕ ਵਾਰੀ ਆਪਾਂ ਤੁਹਾਨੂੰ ਫਿਰ ਜਿਹੜਾ ਤੋਰ ਕੇ ਜ਼ਰੂਰ ਵਿਖਾਉਂਦੇ ਹਾਂ। ਡਿਮਾਂਡ ਦੋਸਤੋ 45,000 ਹੈਗੀ ਆ। ਬਾਕੀ ਮੌਕੇ 'ਤੇ ਤੁਸੀਂ ਆਪਣੇ ਹਿਸਾਬ ਨਾਲ, ਜੇ ਤੁਹਾਨੂੰ ਵੈੜ ਪਸੰਦ ਆਉਂਦੀ ਆ, ਮੌਕੇ 'ਤੇ ਤੁਸੀਂ ਪਹੁੰਚ ਕੇ ਆਪਣੇ ਹਿਸਾਬ ਨਾਲ ਰੇਟ ਵੀ ਮੁੱਲ ਵੀ ਤੈਅ ਕਰ ਸਕਦੇ ਹੋ। ਵੀਰ ਨੂੰ ਜਿਹੜਾ ਪੜਤੇ ਵਿੱਚ ਹੋਵੇਗਾ, ਪੁੱਗੂਗਾ ਤੁਹਾਡੇ ਨਾਲ, ਜਿਹੜਾ ਮਤਲਬ ਕਿ ਮੁੱਲ ਕਰਕੇ ਸੇਲ ਜ਼ਰੂਰ ਕਰੇਗਾ। ਬਾਕੀ ਇੱਕ ਵਾਰੀ ਆਪਾਂ ਤੁਹਾਨੂੰ ਫਿਰ ਮਾੜਾ ਨਜ਼ਦੀਕੀ ਤੋਂ ਸਾਰੇ ਬੰਨਿਓ ਦੋਸਤੋ ਇੱਕ ਵਾਰੀ ਵਿਖਾ ਦੇਣਾ ਚਾਹੁੰਦੇ ਹਾਂ, ਕਿਉਂਕਿ ਤੁਸੀਂ ਦੂਰੋਂ ਨੇੜਿਓਂ ਚੱਲ ਕੇ ਆਉਣਾ ਹੈਗਾ। ਬਾਕੀ ਵੀਰੇ, ਕਾਫੀ ਵਧੀਆ ਚੰਗੀ ਬਰੀਡ
ਜਰਸੀ ਦੇ ਵਿੱਚ ਇਹ ਜਿਹੜੀ ਵੈਡ ਹੈਗੀ ਆ ਤਕਰੀਬਨ ਦੂਜਾ ਸੂਆ ਇਸ ਵਾਰ ਸੁਣ ਜਾ ਰਹੀ ਆ। ਸੋ ਬਾਕੀ ਵੀਰ ਜੀ ਜਿਹੜੀ ਥਣਾ ਦੀ ਆ ਬਿਲਕੁਲ ਚੈੱਕ ਵਧੀਆ, ਹਾਂਜੀ ਪਾਸ ਚੈੱਕ ਆਪਣੇ ਆਪਦੀ, ਤੁਸੀਂ ਬਿਲਕੁਲ ਤਸੱਲੀ ਕਰਕੇ ਆਉਂਦੀ ਹੈ ਵੀ ਬਿਲਕੁਲ ਪਾਸ ਆ, ਹੈ ਨਾ? ਠੀਕ ਆ, ਠੰਡੀ ਸੀਲ ਜਿਵੇਂ ਮਰਜ਼ੀ ਹੱਥ ਲਾਈ ਜਾਵੇ ਜਵਾਲ ਬਾਈ ਥੱਲੇ, ਠੀਕ ਆ ਠੀਕ ਆ। ਸੋ ਦੋਸਤੋ ਤੁਸੀਂ ਵੇਖ ਸਕਦੇ ਹੋ ਵਧੀਆ ਚੰਗੀ ਠੰਡੀ ਬਰੀਡ ਹੈਗੀ ਆ, ਜਿਹੜੇ ਮੇਰੇ ਵੀਰ ਨੂੰ ਪਸੰਦ ਆਵੇ ਆਪਣਾ ਬਿਲਕੁਲ ਤੁਸੀਂ ਮੌਕੇ 'ਤੇ ਪਹੁੰਚ ਕੇ ਦੇਖ ਸਕਦੇ ਹੋ, ਨਿਰਖ ਪਰਖ ਆਪਣੀ ਕਰਕੇ ਸਾਰੇ ਬੰਨਿਓ ਇਹ ਜਿਹੜੀ ਵੈਡ ਖਰੀਦ ਸਕਦੇ ਹੋ। ਸੋ ਵੀਡੀਓ ਵੇਖਣ ਲਈ ਤੁਹਾਡਾ ਸਾਰੇ ਵੀਰਾਂ ਦਾ ਬਹੁਤ ਬਹੁਤ ਧੰਨਵਾਦ ਆ ਜੀ।